ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਮਟਰ ਪਨੀਰ ਦੀ ਸਬਜ਼ੀ ਬਣਾਉਣ ਲੱਗੀ ਹਾਂ। ਮੈਂ ਪਨੀਰ ਲਿਆ ਆ, ਮਟਰ ਟਮਾਟਰ ਕੱਦੂਕਸ ਕਰ ਲਿਆ, ਹਰੀ ਮਿਰਚਾਂ ਦੋ ਪਾਈਆਂ, ਥੋੜ੍ਹਾ ਜਿਹਾ ਅਦਰਕ ਪਾਇਆ, ਦੋ ਕਲੀਆਂ ਲਸਣ ਦੀਆਂ ਪਾਈਆਂ, ਪਿਆਜ਼ ਕੱਦੂਕਸ ਕਰ ਲਿਆ, ਧਨੀਆ। ਅਤੇ ਹੁਣ ਆਪਾਂ ਤੜਕਾ ਤਿਆਰ ਕਰਦੇ ਹਾਂ। ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਹਾਂ। ਦੋ ਕੜਛੀਆਂ ਦੇ ਤੇਲ ਦੀ ਪਾਈਆਂ ਰੱਖਾ ਦਿੰਦੀ ਹਾਂ। ਸਭ ਤੋਂ ਫਸਟ ਆਪਾਂ ਅਦਰਕ ਅਤੇ ਲਸਣ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਅਦਰਕ ਲਸਣ ਪਾਇਆ ਆ। ਹੁਣ ਆਪਾਂ ਜੀਰਾ ਵੀ ਪਾ ਦਿੰਦੇ ਨਾਲ ਹੀ ਇਹਦੇ। ਆਪਾਂ ਅਦਰਕ ਲਸਣ ਨੂੰ ਜ਼ਿਆਦਾ ਬਰਾਊਨ ਨਹੀਂ ਕਰਨਾ, ਹਲਕਾ ਜਿਹਾ ਇਹਨੂੰ ਆਪਾਂ ਫਰਾਈ ਕਰਨਾ ਹੈ। ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਦੇ ਹਾਂ। ਪਿਆਜ਼ ਆਪਣੇ ਭੁੱਜ ਗਏ ਆ ਅਤੇ ਹੁਣ ਆਪਾਂ ਟਮਾਟਰ ਅਤੇ ਹਰੀ ਮਿਰਚ ਪਾਉਣੀ। ਜਦੋਂ ਆਪਾਂ ਟਮਾਟਰ ਪਾ ਲੈਂਦੇ ਹਾਂ ਅਤੇ ਆਪਾਂ ਨਾਲ ਹੀ ਲੂਣ ਪਾ ਦੇਣਾ ਹੈ ਆਪਣੇ ਸਵਾਦ ਅਨੁਸਾਰ। ਟਮਾਟਰ ਫਰਾਈ ਹੁੰਦੇ ਆ ਅਤੇ ਆਪਾਂ ਮਟਰ ਪਾਉਂਦੇ ਹਾਂ। ਟਮਾਟਰ ਵੀ ਆਪਣੇ ਫਰਾਈ ਹੋ ਗਏ, ਹੁਣ ਆਪਾਂ ਮਸਾਲਾ ਪਾਉਂਦੇ ਹਾਂ। ਧਨੀਆ ਪਾਊਡਰ, ਜੀਰਾ ਪਾਊਡਰ, ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੇ। ਹਲਦੀ, ਦੇਗੀ ਮਿਰਚ, ਆਪਾਂ ਹੁਣ ਇਹਦੇ ਵਿੱਚ ਮਟਰ ਪਾਉਂਦੇ ਹਾਂ। ਮਟਰ ਮੈਂ ਧੋ ਲੈ ਸੀ। ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਪਾਉਣਾ ਹੈ। ਥੋੜ੍ਹਾ ਜਿਹਾ ਹੋਰ ਪਾਣੀ ਪਾਉਂਦੀ ਹਾਂ। ਹੁਣ ਇਹਨੂੰ ਆਪਾਂ ਥੋੜ੍ਹਾ ਚਿਰ ਫਰਾਈ ਕਰਦੇ ਹਾਂ ਮਟਰਾਂ ਨੂੰ, ਫਿਰ ਆਪਾਂ ਉਹਦੇ ਵਿੱਚ ਦੁੱਧ ਪਾਵਾਂਗੇ ਥੋੜ੍ਹਾ ਜਿਹਾ। ਮਟਰ ਆਪਣੇ ਫਰਾਈ ਹੁੰਦੇ ਅਤੇ ਹੁਣ ਆਪਾਂ ਇਹਦੇ ਵਿੱਚ ਇੰਨੀ ਖੰਡ ਵੀ ਜ਼ਰੂਰ ਪਾਵਾਂਗੇ।
ਆਪਾਂ ਇਹਨੂੰ 2 ਕੁ ਮਿੰਟ ਉਬਾਲੀ ਦਵਾਵਾਂਗੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਇਹਨੂੰ ਆਪਾਂ ਉਬਾਲੀ ਦਵਾਉਂਦੇ ਹਾਂ ਫਿਰ ਆਪਾਂ ਪਨੀਰ ਇਹਦੇ ਪਾਉਂਦੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਉਂਦੇ ਹਾਂ ਇਹਨੂੰ ਆਪਾਂ 2 ਕੁ ਮਿੰਟ ਹੋਰ ਰਹਿੰਦੇ ਹਾਂ ਫਿਰ ਆਪਣੀ ਸਬਜ਼ੀ ਬਣ ਕੇ ਤਿਆਰ ਆ ਮਟਰ ਪਨੀਰ ਇਹ ਕਿਉਂਕਿ ਸਿੰਪਲ ਜਿਹਾ ਤਰੀਕੇ ਨਾਲ ਬਣਾਇਆ ਹੈ ਮੈਂ ਜ਼ਿਆਦਾ ਸ਼ਿਮਲਾ ਮਿਰਚ ਨਹੀਂ ਕੀਤੇ ਹੈਗੇ ਸਬਜ਼ੀ ਆਪਣੀ ਬਣ ਗਈ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਹੈ ਅਤੇ ਆਪਾਂ ਹੁਣ ਧਨੀਆ ਇੱਥੇ ਪਾਉਂਦੇ ਥੋੜ੍ਹਾ ਜਿਹਾ ਧਨੀਆ ਗਾਰਨਿਸ਼ ਕਰਦੇ ਹਾਂ ਸਬਜ਼ੀ ਆਪਣੀ ਬਣ ਗਈ ਹੈ ਮਟਰ ਪਨੀਰ ਬਣ ਕੇ ਆਪਣਾ ਤਿਆਰ ਆ ਹੁਣ ਆਪਾਂ ਬਹਿ ਕੇ ਰੋਟੀ ਖਾਂਦੇ ਹਾਂ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ